ਕੱਲ੍ਹ ਆ ਜੂ ਪਤਾ ਵੀਡੀਓ ਕੱਢਣੀ ਆਪਾਂ ਦਲਵਿੰਦਰ ਨੇ ਜ਼ੋਰ ਬਹੁਤ ਆ ਇੰਜਣ ਦੇ ਟਰੈਕਟਰਾਂ 'ਚ ਬਈ ਬਾਹਲਾ ਜ਼ੋਰ ਆ ਇੰਜਣ 'ਚ 3478 ਸੀਸੀ ਖੱਤਾ ਥੋੜ੍ਹਾ ਨਰਮ ਆ ਨਾ ਗਿੱਲਾ ਖੱਤਾ ਰੇਤੇ ਵਾਲੀ ਪੈਲੀ ਆ ਰਵੇਸਲ ਹਲ ਥੱਲੇ ਨੂੰ ਜਾਂਦੇ ਆ ਕੇਰਾ ਹੀ ਡਾਕਰ ਪੈਲੀ 'ਚ ਬਾਹਲੇ ਵਧੀਆ ਚੱਲਦੇ ਆ ਇਹ ਟਰੈਕਟਰ ਮੈਂ ਦੇਖਿਆ ਥੱਲੇ ਚਲਾ ਕੇ ਭਾਰੇ ਆ ਨਾ ਮਗਰੋਂ ਜਿਹੜਾ ਟਰੈਕਟਰ ਪਿੱਛੋਂ ਹੌਲਾ ਉਹ ਰਵੇਸਲ ਪੈਲੀ 'ਚ ਕਾਮਯਾਬ ਆ ਤੀਜਾ ਮੀਡੀਅਮ ਆ ਇਹ ਉਹ ਤੀਜਾ ਮੀਡੀਅਮ ਫਾਲੀਆਂ ਵੀ ਹੈ ਨਹੀਂ ਨਾ ਹੜਾਂ ਦੀਆਂ ਜੇ ਫਾਲੀਆਂ ਪ੍ਰੋਪਰ ਹੋਣ ਫਿਰ ਜ਼ੋਰ ਘੱਟ ਲੱਗਦਾ ਹੁਣ ਫਾਲੇ ਉਹ ਗੋਲ ਮੂੰਹ ਆ ਉਹ ਵੱਧ ਜ਼ੋਰ ਲਵਾਉਂਦੇ ਆ ਹਮੇਸ਼ਾ ਤਿੱਖੀ ਫਾਲੀ ਹੋਵੇ ਉਹ ਜ਼ੋਰ ਘੱਟ ਲਵਾਊ ਸੋਲਾਂ ਕੁ ਸੌ ਚੱਕਰ 'ਤੇ ਚਲਾਉਂਦਾ ਇਹ ਓਏ 1600 ਤੇ ਆ
ਸੁਣਦਾ ਨਹੀਂ ਉੱਪਰ। ਪੈਲੀ ਗਿੱਲੀ ਹੋਵੇ ਉਨਾ ਹੀ ਟਰੈਕਟਰ ਫਿਰ ਲੋਡ ਮੰਨਦਾ, ਵੱਤ ਹੋਵੇ ਪੈਲੀ ਫੇਰ ਭੱਜਦਾ ਟਰੈਕਟਰ ਨਾਲ ਲੈ ਕੇ। ਨਹੀਂ ਟਾਇਰ ਸਲਿੱਪ ਮਾਰਦੇ ਆ ਗਿੱਲੇ ਚੋ ਦੇ। ਆਰਪੀਐਮ ਕਿੰਨੇ? ਆਰਪੀਐਮ ਚੱਕਰ 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 ਕਿੰਨੇ ਸੀ? 1800 ਠੀਕ ਆ। ਮੈਂ 1600 1800 ਤੇ ਆ, ਮੈਂ 1600 ਤੇ ਚਲਾਉਂਦਾ ਸੀ ਨਾ ਪਹਿਲਾਂ, ਮੈਂ ਇਹਨੂੰ ਕਿਹਾ ਵੀ ਖਾਨੀ 1600 ਤੇ ਚਲਾਉਂਦਾ, ਉਹ 1800 ਤੇ ਕੀਤਾ। ਉਹ ਥੱਲੇ ਡਾਕਰ 'ਚ ਚਲਾਵਾਂਗੇ, ਦੇਖਿਓ ਉੱਥੇ ਭੱਜਦਾ ਕਿਵੇਂ ਲੈ ਕੇ, ਬੜਾ ਫਰਕ ਆ ਰਵੇਸਲ ਅਤੇ ਡਾਕਰ ਪੈਲੀ 'ਚ। ਟਰੈਕਟਰ ਜ਼ਿਆਦਾ ਤੋਰਾ ਦਿੰਦਾ। ਰਵੇਸਲ ਤਾਂ ਹੜ ਥੱਲੇ ਨੂੰ ਜਾਣੇ ਆ। ਗਿੱਲੇ ਆ ਗਈ ਜਗ੍ਹਾ, ਇਹ ਪੈਪ ਲੀਕ ਆ, ਇਹ ਖੱਤੇ 'ਚ ਪਾਣੀ ਜੋ ਲਾਉਂਦੇ ਆ ਇਹ 'ਚ ਪਾਣੀ ਖੱਤੇ 'ਚ ਲੀਕ ਲੀਕ ਉਹੀ ਖੱਤਾ ਭਰ ਜਾਂਦਾ। ਖੱਤ ਕਿਆਰਾ ਹੈਗਾ ਛੋਟਾ, ਇਹ ਟਰੈਕਟਰ ਵੀ ਨਵਾਂ ਜੋ ਰਵਾਂ ਹੋ ਗਿਆ ਫਰਕ ਪੈ ਜਾਣਾ। ਇੰਜਣ ਮੰਨਣਾ, ਉਹ ਇੰਜਣ ਬਹੁਤ ਤਕੜੇ ਆ, ਸੋਧ ਕਰਤੀ ਬਹੁਤ ਹੁਣ। 13 ਹਾਲ ਪਹਿਲਾਂ ਲਈ ਪਹਿਲਾ ਗੇਅਰ ਆ, ਪਹਿਲਾ ਹਾਈ ਉਹ ਤੀਆ ਮੀਡੀਅਮ ਸੀ। ਪਹਿਲਾ ਹਾਈ